ਤੁਸੀਂ ਇਸ ਪੂਰੇ ਹਲਕੇ ਦੇ ਵਿੱਚ ਕਿੱਦਾਂ ਮੈਨੇਜ ਕਰ ਰਹੇ ਹੋ ਜਦੋਂ ਵਿਰੋਧ ਚੱਲਣਾ ਪੈਂਦਾ, ਉਸ ਵਿਰੋਧ ਦੀ ਸਥਿਤੀ ਦੇ ਵਿੱਚ ਕੀ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਕਰਕੇ ਕੋਈ ਮਸਲੇ ਦਾ ਹੱਲ ਤੁਹਾਨੂੰ ਲੱਗਦਾ ਕਿ ਗੱਲਬਾਤ ਦੇ ਰਾਹੀਂ ਕਿਸਾਨਾਂ ਨੂੰ ਸਮਝਾਇਆ ਜਾ ਸਕਦਾ ਜਾਂ ਉਹਨਾਂ ਦੇ ਮਸਲੇ ਦਾ ਹੱਲ ਹੋ ਸਕਦਾ? ਦੇਖੋ ਗੱਲ ਇਹ ਵੀ ਇਸ ਟਾਈਮ ਇਲੈਕਸ਼ਨ ਕੋਡ ਲੱਗਿਆ ਵਾ, ਇਹਨਾਂ ਨਾਲ ਕੋਈ ਮਸਲੇ ਦੀ ਹੱਲ ਕਰਨ ਦੇ ਲਈ ਇਹ ਜਦੋਂ ਨਵੀਂ ਸਰਕਾਰ ਬਣੇਗੀ ਉਦੋਂ ਹੀ ਗੱਲ ਬਣੇਗੀ। ਇਹ ਤਾਂ ਮੈਂ ਨਾ ਮੰਨੂ, ਜਦੋਂ ਕੋਡ ਲੱਗ ਜਾਵੇ ਸਾਰਾ ਕੁਛ ਰਾਸ਼ਟਰਪਤੀ ਰਾਜ ਹੁੰਦਾ, ਰਾਸ਼ਟਰਪਤੀ ਰਾਜ 'ਚ ਨਾ ਮੋਦੀ ਕੁਛ ਕਰ ਸਕਦਾ, ਨਾ ਖੇਤੀਬਾੜੀ ਮੰਤਰੀ ਕੁਛ ਕਰ ਸਕਦਾ, ਅਤੇ ਨਾ ਹੀ ਕੋਈ ਸਰਕਾਰ ਦਖਲਦਾਰੀ ਕਰਦੀ ਹੈ। ਗਿਜਰਾਮ ਜੀ, ਕਿਵੇਂ ਦੇਖਦੇ ਹੋ ਹੁਣ ਤੱਕ ਦੀ ਸਥਿਤੀ? ਅੱਜ ਮੈਂ ਦੇਖ ਰਿਹਾ ਇੱਥੇ ਇਸ ਪਿੰਡ ਦੇ ਵਿੱਚ ਇਕੱਠ ਵੀ ਠੀਕ ਠਾਕ ਨਜ਼ਰ ਆਇਆ, ਔਰ ਕਈ ਮੈਨੂੰ ਇੱਥੇ ਉਹ ਚਿਹਰੇ ਵੀ ਨਜ਼ਰ ਆਏ ਜਿਹੜੇ ਚਿਹਰਿਆਂ ਨੂੰ ਲੈ ਕੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਵਿਰੋਧ ਵਾਲਾ ਪਾਸਾ ਜਿਹੜਾ ਹੈਗਾ ਜ਼ਿਆਦਾ ਦੇਖਣ ਨੂੰ ਮਿਲਦਾ। ਕਿੱਦਾਂ ਦੇਖਦੇ ਹੋ ਤੁਹਾਡੀ ਚੋਣ ਕੰਪੇਨ? ਸਾਡੀ ਚੋਣ ਕੰਪੇਨ ਜਿਹੜੀ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਦੀ ਸਾਡੇ ਮਾਨਯੋਗ ਦੀਦਾਰ ਸਿੰਘ ਭੱਟੀ ਜੀ ਚਲਾ ਰਹੇ ਹਾਂ, ਬਾਖੂਬੀ ਨਾਲ ਚੱਲ ਰਹੀ ਹੈ। ਅੱਜ ਸਾਡੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਚੋਣ ਦੋ ਦਿਨ ਵਾਸਤੇ ਹੈ, ਅੱਜ ਅਤੇ ਕੱਲ੍ਹ, ਔਰ ਜਿਹਦੇ ਵਿੱਚ ਸਾਡੀ ਚੋਣ ਅੱਜ ਸਿਖਰਾਂ 'ਤੇ ਪਹੁੰਚਦੀ ਹੈ। ਸਾਨੂੰ ਉਮੀਦ ਹੈ ਕਿ ਭੱਟੀ ਸਾਹਿਬ ਜਿੰਨੀ ਵੀ ਮਿਹਨਤ ਕਰ ਰਹੇ ਪਾਰਟੀ ਵਾਸਤੇ ਸਾਰੇ ਹੀ ਇਹਨਾਂ ਦਾ ਸਾਥ ਦੇ ਰਹੇ। ਅੱਛਾ, ਜ਼ਿਆਦਾਤਰ ਬੀਜੇਪੀ ਉਮੀਦਵਾਰਾਂ ਨੂੰ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਕਿਸਾਨਾਂ ਦੇ ਵਿਰੋਧ ਦਾ। ਸਾਫ਼ ਤੌਰ 'ਤੇ ਬਾਰਡਰਾਂ 'ਤੇ ਲੱਗਿਆ ਧਰਨਾ ਜਿਹੜਾ ਹੈਗਾ ਇੱਕ ਵੱਡਾ ਕਾਰਨ ਉਹਦਾ ਸਾਹਮਣੇ ਆਉਂਦਾ। ਤੁਸੀਂ ਇਸ ਪੂਰੇ ਹਲਕੇ ਦੇ ਵਿੱਚ ਕਿੱਦਾਂ ਮੈਨੇਜ ਕਰ ਰਹੇ ਹੋ ਜਦੋਂ ਵਿਰੋਧ ਚੱਲਣਾ ਪੈਂਦਾ, ਉਸ ਵਿਰੋਧ ਦੀ ਸਥਿਤੀ ਦੇ ਵਿੱਚ ਕੀ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਕਰਕੇ ਕੋਈ ਮਸਲੇ ਦਾ ਹੱਲ ਤੁਹਾਨੂੰ ਲੱਗਦਾ ਕਿ ਗੱਲਬਾਤ ਦੇ ਰਾਹੀਂ ਕਿਸਾਨਾਂ ਨੂੰ ਸਮਝਾਇਆ ਜਾ ਸਕਦਾ ਜਾਂ ਉਹਨਾਂ ਦੇ ਮਸਲੇ ਦਾ ਹੱਲ ਹੋ ਸਕਦਾ? ਦੇਖੋ ਗੱਲ ਇਹ ਵੀ ਇਸ ਟਾਈਮ ਇਲੈਕਸ਼ਨ ਕੋਡ ਲੱਗਿਆ ਵਾ, ਇਹਨਾਂ ਨਾਲ ਕੋਈ ਮਸਲੇ ਦੀ ਹੱਲ ਕਰਨ ਦੇ ਲਈ ਇਹ ਜਦੋਂ ਨਵੀਂ ਸਰਕਾਰ ਬਣੇਗੀ ਉਦੋਂ ਹੀ ਗੱਲ ਬਣੇਗੀ। ਇਹ ਤਾਂ ਮੈਂ ਨਾ ਮੰਨੂ, ਜਦੋਂ ਕੋਡ ਲੱਗ ਜਾਵੇ ਸਾਰਾ ਕੁਛ ਰਾਸ਼ਟਰਪਤੀ ਰਾਜ ਹੁੰਦਾ, ਰਾਸ਼ਟਰਪਤੀ ਰਾਜ 'ਚ ਨਾ ਮੋਦੀ ਕੁਛ ਕਰ ਸਕਦਾ, ਨਾ ਖੇਤੀਬਾੜੀ ਮੰਤਰੀ ਕੁਛ ਕਰ ਸਕਦਾ, ਅਤੇ ਨਾ ਹੀ ਕੋਈ ਸਰਕਾਰ ਦਖਲਦਾਰੀ ਕਰਦੀ ਹੈ। ਇਹ ਸਿਰਫ ਤੁਹਾਡੇ ਮਾਧਿਅਮ ਰਾਹੀਂ ਇਹ ਜਿਹੜੀ ਵਿਰੋਧਤਾ ਹੋ ਰਹੀ ਹੈ ਇਹ ਕੇਵਲ ਕਾਂਗਰਸ ਪਾਰਟੀ ਅਤੇ ਆਮ ਆਦਮੀ ਦੇ ਕੁਛ ਛੱਡੇ ਵੇ ਚੱਟੇ ਵੱਟੇ। ਪਰ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ, ਉਹ ਤਾਂ ਕਹਿੰਦੇ ਕਿ ਬੀਜੇਪੀ ਦੇ ਕੋਲ ਕੋਈ ਰਾਹ ਨਹੀਂ, ਇਸ ਕਰਕੇ ਇਸ ਤਰ੍ਹਾਂ ਗੱਲਾਂ ਕਰਦੀ ਹੈ। ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡੇ ਤਾਂ ਆਪਦੇ ਉਮੀਦਵਾਰਾਂ ਦਾ ਵਿਰੋਧ ਬਠਿੰਡੇ ਦੇ ਵਿੱਚ ਤੁਸੀਂ ਦੇਖ ਲਓ, ਤੁਸੀਂ ਫਰੀਦਕੋਟ ਦੇ ਵਿੱਚ ਦੇਖ ਲਓ, ਤਾਂ ਕਹਿੰਦੇ ਸਾਡੇ ਆਪਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ। ਕਹਿੰਦੇ ਅਸੀਂ ਕੋਈ ਵਿਰੋਧ ਤਾਂ ਨਹੀਂ ਕਰ ਰਹੇ, ਉਹ ਸਿਰਫ ਬੀਜੇਪੀ ਦੀ ਵਿਰੋਧਤਾ ਕਰਦੇ ਆ, ਉਹ ਕਾਂਗਰਸ ਦੀ ਨਹੀਂ। ਕਾਂਗਰਸ ਦੀ ਕਿੱਥੇ ਕਰ ਰਹੇ ਆ, ਉਹ ਤਾਂ ਆਪ ਰਲ ਕੇ ਆਪਣੀ ਪੱਗਾਂ ਬਦਲ ਕੇ ਆ ਰਹੇ ਹੈ। ਆ ਜਗਰਾਉਂ ਦੇ ਬੰਦੇ ਮਾਛੋਵਾੜੇ ਗਏ, ਮੈਂ ਉਹਨੂੰ ਪਹਿਚਾਣ ਲਿਆ ਵੀ ਇਹ ਕੌਣ ਹੈ, ਜਾਂ ਪੁੱਛਿਆ ਤੂੰ ਤਾਂ ਭਾਈ ਕਾਂਗਰਸ ਹੀ ਹੋ, ਫਿਰ ਉਹ ਪਾਣੀ ਪਾਣੀ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਹੋਣੀ ਕਹਿੰਦੇ ਨੇ ਕਿ ਕਹਿੰਦੇ ਕਿ ਅਮਿਤ ਸ਼ਾਹ ਹੋਣੀ ਔਰ ਕੇਂਦਰ ਜਿਹੜਾ ਧਮਕੀ ਦੇ ਰਿਹਾ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਨਤੀਜੇ ਆਉਂਦਾ ਹੀ ਜਿਹੜੀ ਹੈਗੀ ਡੇਗ ਦਿਆਂਗੇ, ਤਾਂ ਭਗਵੰਤ ਮਾਨ ਹੋਣੀ ਕਹਿੰਦੇ ਹੈ ਕਿ ਬੀਜੇਪੀ ਆਪਦੇ ਵਾਲੀ ਬਚਾ ਲੈਣ ਇੰਨਾ ਬੜਾ। ਭਗਵੰਤ ਮਾਨ ਜੀ ਝੂਠ ਦੇ ਮਹਾਰ ਹੈ, ਗੱਪੀ ਇੱਕ ਨੰਬਰ ਦਾ ਉਹਦਾ। ਕਹਿੰਦਾ ਮੈਂ 70,000 ਕਰੋੜ ਰੁਪਈਆ 80,000 ਕਰੋੜ ਰੁਪਈਆ ਪੰਜਾਬ ਨੂੰ ਕਮਾ ਕੇ ਦੇਵਾਂਗਾ। ਫੋਟੋ ਦੇ 70,000 ਕਰੋੜ ਰੁਪਈਆ ਕਰਜ਼ੇ 'ਤੇ ਲੈ ਲਿਆ, ਉਹਨਾਂ ਦੀਆਂ ਗੱਲਾਂ ਛੱਡੋ। ਉਹਦਾ ਕਹਿੰਦਾ 30 ਦਿਨ 'ਚ ਨਸ਼ਾ ਖਤਮ ਕਰੂ, ਕਿਹੜਾ ਨਸ਼ਾ ਖਤਮ ਹੋ ਗਿਆ? ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹ ਵੀ ਕਹਿੰਦੀ ਹੈ, ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਹੋਰਾਂ ਦਾ ਜਿਹੜਾ ਹੁਣ ਲਹਿਜ਼ਾ ਹੈ ਉਹ ਬਦਲਦਾ ਜਾ ਰਿਹਾ, ਕਿਤੇ ਨਾ ਕਿਤੇ ਕਹਿੰਦੇ ਨਰਵਸ ਨਜ਼ਰ ਆ ਰਹੇ ਨੇ, ਕਹਿੰਦੇ 400 ਦੇ ਨੇੜੇ ਤੇੜੇ ਕਹਿੰਦੇ ਦਿਖਦੇ ਨਹੀਂ। ਦਿਖ ਨਹੀਂ ਰਿਹਾ ਜੀ, ਤੁਸੀਂ ਇੱਥੇ ਆਏ ਵੀ ਹੈ, ਆ ਤੁਸੀਂ ਐਡੀ ਬੜੀ
ਜਿਹੜੀ ਸਾਡਾ ਹਲਕਾ ਬੱਸੀ ਪਠਾਣਾ ਤੋਂ ਲੈ ਕੇ ਉਹ ਸਾਹਨੇਵਾਲ ਤੋਂ ਲੈ ਕੇ ਮਲੇਰਕੋਟਲੇ ਤੱਕ, ਰਾਏਕੋਟ ਵਾਸੀਆਂ ਸਾਰੇ ਹਲਕੇ, ਅਮਰਗੜ੍ਹ ਤੱਕ ਕਿੱਡਾ ਹਲਕਾ, ਸਾਨੂੰ ਤਾਂ ਕੋਈ ਵਿਰੋਧਤਾ ਜਿਹਨਾਂ ਦਾ ਹੱਕ ਉਹ ਕਰਨ। ਅੱਛਾ, ਪੰਜਾਬ ਦੇ ਵਿੱਚ ਬੀਜੇਪੀ ਦੀ ਸਥਿਤੀ ਕਿੱਥੇ ਦੇਖਦੇ ਹੋ ਔਰ ਤੁਹਾਡਾ ਇੱਥੇ ਮੁਕਾਬਲਾ ਕਿਹਦੇ ਨਾਲ ਦੇਖਦੇ ਵਾਲੀ ਪਜੀਸ਼ਨ ਹੈ ਨਾ, ਆ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਇਹ ਬਿਲਕੁਲ ਹੀ ਇਹ ਬੀਜੇਪੀ ਨੂੰ ਗੋਲ ਮੋਲ ਜਿਹਾ ਕਰਦੇ ਆ, ਪਰ ਬੀਜੇਪੀ ਸਾਫ਼ ਹੈ, ਬੀਜੇਪੀ ਵੱਡੀਆਂ ਹੀ ਵੱਧ ਸੀਟਾਂ ਲੈ ਕੇ ਜਿੱਤੇਗੀ। ਅੱਛਾ, ਪੰਜਾਬ ਦੇ ਵਿੱਚ ਕੀ ਲੱਗਦਾ ਮੁੱਖ ਤੌਰ ਤੇ ਮੁਕਾਬਲਾ ਤੁਹਾਡਾ ਕਿਹਦੇ ਨਾਲ ਰਹਿਣ ਵਾਲਾ, ਜਾਂ ਤੁਹਾਡੇ ਇੱਥੇ ਫਤਿਹਗੜ੍ਹ ਸਾਹਿਬ ਵਿੱਚ ਕੀ ਲੱਗਦਾ ਇਹ ਤੁਹਾਡਾ ਮੁੱਖ ਮੁਕਾਬਲਾ ਕਿਹਦੇ ਨਾਲ? ਭਾਈ ਸਾਹਿਬ, ਜੰਤਰ ਮੰਤਰ ਤਾਂ ਤੁਹਾਡੇ ਕੋਲ ਹੈ, ਤੁਸੀਂ ਆਪਣੇ ਜੰਤਰ ਲਾ ਕੇ ਸਾਨੂੰ ਦੱਸੋ ਵੀ ਤੁਹਾਡਾ ਜੰਤਰ ਕਿੱਥੇ ਚੱਲ ਰਿਹਾ। ਅੱਜ ਕੱਲ੍ਹ ਲੋਕ ਦੱਸਦੇ ਨੀ ਨਾ ਜੀ ਕਿੱਥੇ, ਜਿੰਨਾ ਮਰਜ਼ੀ ਟੈਸਟ ਪੈਨ ਲਾ ਲਓ ਜਗਦਾ ਨੀ। ਸਾਡਾ ਜੰਤਰ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵੀ ਔਰ ਬਾਕੀ ਵੀ ਜਿਹੜੇ ਇੱਥੇ ਉਮੀਦਵਾਰ ਸਾਡੇ ਜਿੱਤ ਰਹੇ ਹੈ, ਔਰ ਜਿਹੜਾ ਮਾਣਯੋਗ ਭਗਵੰਤ ਮਾਨ ਜੀ ਦਾ ਜਿਹੜਾ ਹੰਕਾਰ ਚਿਕਣਾ ਚੁਕਰ ਹੋ ਜੂਗਾ, ਚਾਰ ਤਰੀਕ ਨੂੰ ਪਤਾ ਲੱਗ ਜੂ। ਅੱਛਾ, ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਟ੍ਰੈਟਜੀ ਨੂੰ ਲੈ ਕੇ ਜਿਹੜਾ ਹੈਗਾ ਗਜਰਾਮ ਜੀ ਆਪਦੇ ਹਲਕੇ ਦੇ ਵਿੱਚ ਲੱਗੇ ਰਹਿਣਗੇ, ਜਾਂ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਕਿ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਥਾਂ ਤੇ ਕੰਮ ਕਰਨਾ ਪੈਣਾ? ਉਹ ਸ੍ਰੀ ਮਾਨ ਜੀ ਪਿੱਛੇ 2 IAS ਅਫਸਰ ਇੱਥੇ ਆਏ, ਉਹਨਾਂ ਨੇ ਇੱਕ ਪੈਸੇ ਦਾ ਵੀ ਕੰਮ ਨਹੀਂ ਕੀਤਾ। ਆਹ ਦੱਸੋ ਸਾਡੇ ਇਲਾਕੇ 'ਚ ਕਿੱਥੇ ਕਰਿਆ, ਵੋਟ ਕਿਹੜੇ ਹਿਸਾਬ 'ਚ ਮੰਗਦੇ ਆ? ਉਹ ਦੋਨੇ MP ਫੇਲ ਹੋ ਗਏ। ਅਸੀਂ ਇੱਥੇ ਦੇ ਲੋਕਲ ਹੈ, ਅਸੀਂ ਲੋਕਾਂ ਦੇ ਨਾਲ ਜੁੜੇ ਹਾਂ, ਅਸੀਂ ਅੱਜ ਥੋੜ੍ਹਾ ਜੁੜੇ ਪੁਰਾਣੇ ਹੈ, ਸਾਡਾ ਇਹ ਪਰਿਵਾਰ ਹੈ, ਅਸੀਂ ਆਪਣੇ ਪਰਿਵਾਰਾਂ 'ਚ ਆ ਰਹੇ ਹਾਂ, ਉਹ ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਇਸ ਵਾਰ ਗੇਜਾਰਾਂ ਵਾਲਮੀਕੀ ਨੂੰ ਵੋਟ ਪਾਉਣੀ।